are watching Channel Y. Channel Y, a South Asian Canadian channel. ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਬਾਰੇ ਬਿਆਨ ਦਿੰਦਿਆਂ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਹੈ ਕਿ ਕਿਸੇ ਨੇ ਸੁਖਬੀਰ ਬਾਦਲ ਨੂੰ ਉਡਾ ਕੇ ਕੀ ਲੈਣਾ। ਉਹਨਾਂ ਕਿਹਾ ਕਿ ਉਹਨਾਂ ਨੂੰ ਨਹੀਂ ਲੱਗਦਾ ਕਿ ਬਾਦਲ ਟੱਬਰ ਵੱਲ ਹੁਣ ਕੋਈ ਵੇਖਦਾ ਵੀ ਹੈ ਅਤੇ ਸਿਰਫ ਆਪਣੀ ਹੋਂਦ ਬਚਾਉਣ ਲਈ ਇਹ ਟੱਬਰ ਅਜਿਹਾ ਕਰ ਰਿਹਾ। ਭਾਰਤ ਭੂਸ਼ਣ ਨੇ ਕਿਹਾ ਪੰਜਾਬ 'ਚ ਕਿਸੇ ਵੀ ਤਰ੍ਹਾਂ ਦਾ ਖਤਰਾ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਸ਼ਾਂਤੀ ਵਿਵਸਥਾ ਕਾਇਮ ਰੱਖੀ ਜਾਵੇਗੀ। ਕਰਤਾਰਪੁਰ ਲਾਂਘੇ 'ਚ ਸ਼ਰਧਾਲੂਆਂ 'ਤੇ ਪਾਕਿਸਤਾਨ ਵੱਲੋਂ ਆਰਥਿਕ ਬੋਝ ਪਾਉਣ 'ਤੇ ਬੋਲਦਿਆਂ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਬਾਰੇ ਲਿਖ ਚੁੱਕੀ ਹੈ ਕਿ ਜੇਕਰ ਕੇਂਦਰ ਸਰਕਾਰ ਪਾਕਿਸਤਾਨ ਤੋਂ ਇਸ ਨੂੰ ਬੰਦ ਨਹੀਂ ਕਰਵਾ ਸਕਦੀ ਤਾਂ SGPC ਨੂੰ ਦਖਲ ਦੇਣਾ ਚਾਹੀਦਾ। ਭਾਰਤ ਭੂਸ਼ਣ ਆਸ਼ੂ ਇੱਥੇ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ 'ਚ ਝੋਨੇ ਦੀ ਖਰੀਦ ਦਾ ਜਾਇਜ਼ਾ ਲੈਣ ਪਹੁੰਚੇ ਸਨ। ਇਸ ਦੌਰਾਨ ਆਸ਼ੂ ਨੇ ਆੜ੍ਹਤੀਆਂ ਨਾਲ ਇੱਕ ਬੈਠਕ ਕੀਤੀ। ਭਾਰਤ ਭੂਸ਼ਣ ਨੇ ਅਨਾਜ ਮੰਡੀਆਂ 'ਚ ਝੋਨੇ ਦੀ ਖਰੀਦ ਦੇ ਪੁਖਤਾ ਪ੍ਰਬੰਧ ਹੋਣ ਦੀ ਗੱਲ ਕਹੀ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਪੰਜਾਬ ਸਰਕਾਰ ਵੱਲੋਂ ਸਾਰੇ ਪ੍ਰਬੰਧ ਪੂਰੇ ਨੇ, ਸਾਰੀਆਂ ਮੰਡੀਆਂ ਦੇ ਪਹਾੜਾਂ ਦੇ ਜਿਹੜੇ ਮੰਡੀ ਬੋਰਡ ਵੱਲੋਂ ਪ੍ਰਬੰਧ ਪੂਰੇ ਕੀਤੇ ਗਏ ਆ। ਆੜ੍ਹਤੀਆਂ ਨੂੰ ਕੋਈ ਕਿਸਾਨਾਂ ਨੂੰ ਫਸਲ ਲਿਆਉਣ ਤੋਂ ਬਾਅਦ ਕੋਈ ਤਕਲੀਫ ਨਾ ਆਵੇ ਉਹਦੇ ਪ੍ਰਬੰਧ ਪੂਰੇ ਕੀਤੇ ਗਏ ਅਤੇ ਸਾਡੇ ਵੱਲੋਂ ਖਰੀਦ ਵੱਲੋਂ ਪੂਰੇ ਪ੍ਰਬੰਧ। ਇੱਕ ਸਿਰਫ ਇੱਕ ਗਲਤ ਫਹਿਮੀ ਸੀ ਆੜ੍ਹਤੀਆਂ ਦੇ ਵਿੱਚ, ਜਿਹੜੀ ਉਹ ਸਾਡੇ MLA ਸਾਹਿਬਾਨਾਂ ਨੇ ਬੈਠ ਕੇ ਉਹਨਾਂ ਨਾਲ ਗੱਲਬਾਤ ਕਰਕੇ ਦੂਰ ਕਰ ਦਿੱਤੀ ਅਤੇ ਮੈਂ ਵੀ ਆ ਕੇ ਉਹਨਾਂ ਨੂੰ ਸਟੈਂਡ ਕਲੀਅਰ ਕਰਿਆ, ਕਿਉਂਕਿ ਡੇਢ ਮਹੀਨਾ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਕਿਸਾਨ ਭਵਨ 'ਚ ਸਾਰੇ ਆੜ੍ਹਤੀਆਂ ਨਾਲ ਗੱਲ ਕਰਦੇ ਹੋਏ ਇਹ ਗੱਲ ਜੋ ਉਹਨਾਂ ਨੇ ਕਿਹਾ ਸੀ, ਉਹਨਾਂ ਦੇ ਵਹਿਮ ਸੀ ਉਹ ਦੂਰ ਕੀਤੇ ਸੀ ਅਤੇ ਗਰੰਟੀ ਲਈ ਸੀ ਵੀ ਆੜ੍ਹਤੀ ਭਾਈਚਾਰੇ ਦੀ ਐਗਜ਼ਿਸਟੈਂਸ ਕਦੇ ਵੀ ਖਤਮ ਨਹੀਂ ਹੋਏਗੀ ਅਤੇ ਜਿੰਨੀ ਵੀ ਪੇਮੈਂਟ ਹੋਏਗੀ ਉਹਨਾਂ ਦੇ ਥਰੂ ਹੀ ਕੀਤੀ ਜਾਏਗੀ ਕਿਸਾਨਾਂ। ਪੰਜਾਬ ਸਰਕਾਰ ਆਲਰੇਡੀ ਲਿਖ ਚੁੱਕੀ ਹੈ ਵੀ ਇਹ ਬਿਲਕੁਲ ਨਹੀਂ ਹੋਣਾ ਚਾਹੀਦਾ। ਰਾਦਰ ਇਹਦੇ 'ਚ ਤਾਂ ਅਗਰ ਕੇਂਦਰ ਸਰਕਾਰ ਕੋਈ ਪਾਕਿਸਤਾਨ ਸਰਕਾਰ ਤੋਂ ਨਹੀਂ ਕਰਵਾ ਪਾਉਂਦੀ ਤਾਂ ਇਹਦੇ ਵਿੱਚ SGPC ਨੂੰ ਵੀ ਇੰਟਰਵੀਨ ਕਰਨਾ ਚਾਹੀਦਾ। ਉਹਨਾਂ ਨੂੰ ਵੀ ਇਹਦੇ 'ਚ ਜਿਹੜੇ ਜਿਹੜੇ ਯਾਤਰੀ ਜਾਂਦੇ ਆ ਉਹਨਾਂ ਦਾ ਲੋਡ ਜਿਹੜਾ ਹੈ ਫਾਈਨੈਂਸ਼ੀਅਲ ਲੋਡ ਆਪਣੇ 'ਤੇ ਲੈਣਾ ਚਾਹੀਦਾ ਅਤੇ ਜੇ ਕਿਤੇ ਸਟੇਟ ਗਵਰਨਮੈਂਟ ਨੂੰ ਕੋਈ ਇੰਟਰਵੀਨ ਕਰਨਾ ਪਿਆ ਤਾਂ ਉਹ ਜ਼ਰੂਰ ਕਰੇਗੀ। ਉਹ ਕਿਸੇ ਨੇ ਉਹਨੂੰ ਉਡਾ ਕੇ ਕੀ ਲੈਣਾ ਜਾਂ ਮੈਨੂੰ ਨਹੀਂ ਲੱਗਦਾ ਵੀ ਉਸ ਟੱਬਰ ਵੱਲ ਨੂੰ ਕੋਈ ਹੁਣ ਦੇਖਦਾ ਵੀ ਹੈ। ਉਹ ਆਪਣੀ ਐਗਜ਼ਿਸਟੈਂਸ ਬਣਾਉਣ ਲਈ ਇਹੋ ਜਿਹੀਆਂ ਕਹਾਣੀਆਂ ਬਣਾਉਂਦੇ ਰਹੇ, ਪਰ ਇਹ ਕਹਿਣਾ ਚਾਹੂੰਗਾ ਜਦੋਂ ਤਾਈਂ ਕੈਪਟਨ ਅਮਰਿੰਦਰ ਸਿੰਘ ਹੋਣਾ ਦੀ ਸਰਕਾਰ ਹੈ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਬਿਲਕੁਲ ਵਧੀਆ ਰਹੇਗੀ। ਕਿਸੇ ਵੀ ਬੰਦੇ ਨੂੰ ਪੰਜਾਬ ਵਿੱਚ ਕੋਈ ਇਹੋ ਜਿਹਾ ਖਤਰਾ ਨਹੀਂ ਹੋਣ ਦਿੱਤਾ ਜਾਏਗਾ ਜਾਂ ਇਹੋ ਜਿਹੇ ਜਿਹੜੇ ਐਂਟੀ ਸੋਸ਼ਲ ਐਲੀਮੈਂਟ ਜਾਂ ਕੋਈ ਇਹੋ ਜਿਹੇ ਲੋਕ ਇਹ ਸ਼ਾਂਤੀ ਨੂੰ ਭੰਗ ਕਰਨ ਵਾਸਤੇ ਕਿਸੇ ਦੀ ਜ਼ਿੰਦਗੀ। ਯੂ ਆਰ ਵਾਚਿੰਗ ਚੈਨਲ Y, ਚੈਨਲ Y, ਅ ਸਾਊਥ ਏਸ਼ੀਅਨ ਕੈਨੇਡੀਅਨ ਚੈਨਲ।